यूक्रेन विच फसे भारतीय विद्यार्थी दे मापिया ने प्रशासन अते सरकार नूं मदद दी लगाई गुहार। श्री मुक्तसर साहिब विखे अज गुरु गोबिंद सिंह पार्क विखे यूक्रेन विच गए हुए बच्चियां दे मापिया वल्लों एक मीटिंग रखी गई। इस विच उन्हां प्रशासन अते सरकार कोलों मदद दी गुहार लगाई। ਜੇਕਰ ਤੁਸੀਂ ਕਰ ਰਹੇ ਹੋ ਆਪਣੀ ਹੌਲੀਡੇਜ਼ ਪਲਾਨ ਤਾਂ ਤੁਹਾਡੇ ਕੋਲ ਇੱਕ ਵਧੀਆ ਮੌਕਾ ਕੈਨੇਡਾ ਤੇ ਯੂਕੇ ਜਾ ਕੇ ਕਰ ਸਕਦੇ ਹੋ ਆਪਣੀ ਵਕੇਸ਼ਨਸ ਨੂੰ ਇੰਜੋਏ। ਗਲੋਬਲ ਕੰਸਲਟੈਂਸੀ ਲੈ ਕੇ ਆਇਆ ਹੈ ਤੁਹਾਡੇ ਲਈ ਸੁਨਹਿਰੀ ਮੌਕਾ। ਸ਼ਰਤ ਸਿਰਫ ਇੱਕ ਹੈ, ਤੁਸੀਂ ਹੋਣੇ ਚਾਹੀਦੇ ਹੋ ਫੁੱਲੀ ਵੈਕਸੀਨੇਟ, ਨਾ ਹੀ ਕੋਈ ਟਰੈਵਲ ਹਿਸਟਰੀ ਦੀ ਲੋੜ ਹੈ ਤੇ ਨਾ ਹੀ ਓਲਡ ਫੰਡ ਦੀ। ਵਿਦ ਸਪਾਊਸ ਤੇ ਵਿਦਆਊਟ ਸਪਾਊਸ ਵੀ ਜਾ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਗਲੋਬਲ ਕੰਸਲਟੈਂਸੀ ਦੇ ਨਾਲ। ਗੱਲਬਾਤ ਸਮੇਂ ਮਾਪਿਆਂ ਨੇ ਦੱਸਿਆ ਕਿ ਯੂਕਰੇਨ ਦੇ ਸ਼ਹਿਰਾਂ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ ਬਣੇ ਹੋਏ ਹਨ। ਬੱਚਿਆਂ ਨੂੰ ਪੂਰਾ ਖਾਣਾ ਵੀ ਨਹੀਂ ਮਿਲ ਰਿਹਾ ਅਤੇ ਉਹ ਬੇਸਮੈਂਟਾਂ ਵਿੱਚ ਦਿਨ ਕੱਟ ਰਹੇ ਹਨ। ਬੱਚਿਆਂ ਨੇ ਦੱਸਿਆ ਕਿ ਰੂਸ ਦੀ ਫੌਜ ਅੰਦਰ ਤੱਕ ਦਾਖਲ ਹੋ ਚੁੱਕੀ ਹੈ ਅਤੇ ਲਗਾਤਾਰ ਬੰਬਬਾਰੀ ਹੋ ਰਹੀ। ਬੱਚਿਆਂ ਨੇ ਦੱਸਿਆ ਕਿ ਭਾਰਤ ਦੇ ਜੋ ਵੀ ਉੱਚ ਅਧਿਕਾਰੀ ਯੂਕਰੇਨ ਵਿੱਚ ਹਨ ਉਹਨਾਂ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਸਿਰਫ ਉਹਨਾਂ ਤੋਂ ਫਾਰਮ ਹੀ ਭਰਵਾ ਰਹੇ ਨੇ। ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇੱਥੋਂ ਜਲਦੀ ਤੋਂ ਜਲਦੀ ਸੁਰੱਖਿਅਤ ਇੰਡੀਆ ਪਹੁੰਚਾਇਆ ਜਾਵੇ। ਇਸ ਮੀਟਿੰਗ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਰਾਜੇਸ਼ ਗੌੜਾ ਪਟੇਲਾ ਜੀ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਮਾਪਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤੇ ਵਿੱਚ ਹਨ ਅਤੇ ਯੂਕਰੇਨ ਵਿੱਚ ਫਸੇ ਹੋਏ ਵਿਦਿਆਰਥੀਆਂ ਦੇ ਲਈ ਸੰਭਵ ਮਦਦ ਕੀਤੀ ਜਾਵੇਗੀ। ਕਿੰਨੇ ਕੁ ਟੋਟਲ ਤੁਸੀਂ ਕਿੰਨੇ ਕੁ ਬੱਚੇ ਇੱਥੇ ਬੈਠੇ ਹੋ ਸਟੂਡੈਂਟਸ ਜਿਹੜੇ ਇੰਡੀਅਨ? 40-50 ਇੰਡੀਅਨ ਹੋਣਗੇ। ਔਰ ਤੁਹਾਨੂੰ ਕੁਛ ਉੱਥੋਂ ਖਾਣ ਪੀਣ ਦਾ ਕੀ ਤੁਹਾਨੂੰ ਕੁਛ ਮਿਲ ਰਿਹਾ? ਕਰਫਿਊ ਸਾਰੇ ਦਿੰਦਾ ਹੈ। ਬਿਲਕੁਲ ਠੀਕ ਹੈ। ਤਾਂ ਹੁਣ ਕੁਛ ਖਾਣ ਦਾ ਤੁਹਾਨੂੰ ਅਰੇਂਜ ਵੀ ਕਰ ਰਹੇ ਕਿ ਨਹੀਂ ਕਰ ਰਹੇ ਕੁਛ? ਠੀਕ ਹੈ। ਔਰ ਤੁਸੀਂ ਇੱਥੇ ਕੰਟੈਕਟ ਸ਼ੁਰੂ ਅੰਬੈਸੀ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ? ਓਕੇ। ਤੁਹਾਡੇ ਨਾਲ ਦੇ ਕੁਝ ਬੱਚੇ ਚਲੇ ਵੀ ਗਏ ਕਿ ਅਜੇ ਕੋਈ ਵੀ ਨਹੀਂ ਗਏ? ਜਿਹੜੇ ਇੱਥੋਂ ਬੱਚੇ ਕੀਓ ਗਏ ਸੀਗੇ, ਹਾਂਜੀ, ਉਹਨਾਂ ਨੇ ਅੱਗੋਂ ਉੱਥੇ ਜਾਣਾ ਸੀ, ਇੰਡੀਆ ਦੀ ਫਲਾਈਟ ਬੋਰਡ ਕਰਨੀ ਸੀਗੀ ਜੀ, ਤੇ ਅੰਬੈਸੀ ਨੇ ਉਹਨਾਂ ਨੂੰ ਟ੍ਰੇਨ ਤੇ ਚੜਾਤਾ ਤੇ ਬਾਅਦ ਚੋਂ ਟ੍ਰੇਨ ਚੋਂ ਉਹਨਾਂ ਨੂੰ ਕੱਢਤਾ ਉੱਥੋਂ ਦੀ, ਤੇ ਪਿੱਛੋਂ ਦੀ ਅੰਬੈਸੀ ਆਪ ਖੁਦ ਭੱਜ ਗਈ। ਹੁਣ ਬੱਚੇ ਉੱਥੇ ਰੁਲ ਰਹੀ ਜਾ ਰਹੇ ਹੋ, ਉਹ ਵੀ ਬੱਚੇ ਉਹਦੇ ਕੀਵ 'ਚ ਰੁਲ ਰਹੇ ਆ। ਠੀਕ ਠੀਕ ਹੈ। ਹਾਂਜੀ, ਅੰਬੈਸੀ ਨੂੰ ਉੱਥੇ ਕੁਛ ਨਹੀਂ ਕਰ ਰਹੇ, ਅੰਬੈਸੀ ਕੁਛ ਨਹੀਂ ਕਰ ਰਹੇ। ਚਲੋ ਕੋਈ ਗੱਲ ਨਹੀਂ ਬੇਟਾ, ਬਿਲਕੁਲ ਬੇਫਿਕਰ ਹੋ ਜਾਓ ਤੁਸੀਂ। ਮੈਂ ਸੈਂਟਰ ਗੌਰਮੈਂਟ ਨਾਲ ਸਾਡੀ ਗੱਲ ਚੱਲ ਰਹੀ ਹੈ, ਦੋਨੋਂ ਮੰਤਰੀ ਸਾਹਿਬਾਨ ਨਾਲ ਗੱਲ ਚੱਲ ਰਹੀ ਹੈ, ਬਿਲਕੁਲ ਸੇਫ ਲੈ ਕੇ ਆਵਾਂਗੇ ਤੁਹਾਨੂੰ ਅਸੀਂ। ਠੀਕ ਹੈ, ਔਰ ਬਾਕੀਆਂ ਨੂੰ ਵੀ ਹੌਸਲਾ ਦਿਓ ਤੁਸੀਂ, ਔਰ ਮੈਂ ਹੁਣੇ ਮੰਤਰੀ ਸਾਹਿਬ ਨਾਲ ਦੁਬਾਰਾ ਗੱਲ ਵੀ ਕਰਦਾ ਹੁਣੇ। ਠੀਕ ਹੈ ਜੀ? ਹਾਂ ਬਿਲਕੁਲ, ਓਕੇ ਓਕੇ। ਅਨਿਲ ਕੁਮਾਰ ਪ੍ਰਸਰੀਚਾ ਜੀ, ਫਿਫਥ ਈਅਰ ਜੀ, ਜੀ ਖਾਰਕੀਵ ਚ ਰਿਹਾ ਜੀ, ਬਾਰਡਰ ਏਰੀਆ ਚ ਜੀ। ਆਪਣੀ ਮੰਗ ਹੈ ਕਿ ਸਾਰੀਆਂ ਸਰਕਾਰਾਂ ਨੇ ਆਪਣੇ ਬੱਚੇ ਟਾਈਮ ਨਾਲ ਉੱਥੇ ਕੱਢ ਲਏ, ਆਪਣੀ ਸਰਕਾਰ ਪਤਾ ਨਹੀਂ ਕਿਉਂ ਲੇਟ ਹੋ ਜਾਂਦੀ ਹੈ, ਅਤੇ ਜੋ ਬੱਚੇ ਇਸ ਟਾਈਮ ਖੜ੍ਹੇ ਆ ਹੰਗਰੀ ਜਾਂ ਪੋਲੈਂਡ ਦੇ ਨੇੜੇ ਖੜ੍ਹੇ ਆ ਉਹਨਾਂ ਨੂੰ ਕੱਢ ਰਹੀ ਹੈ, ਕਿਉਂਕਿ ਬਾਰਡਰ ਏਰੀਆ ਤੋਂ ਬਹੁਤ ਪਿੱਛੇ, ਜਿਨ੍ਹਾਂ ਨੂੰ ਕੋਈ ਖਤਰਾ ਵੀ ਨਹੀਂ ਹੈ। ਸਾਡੇ ਬੱਚੇ ਜੋ ਬੈਠੇ ਇਸ ਟਾਈਮ ਪੂਰੇ ਖਤਰੇ ਦੇ ਵਿੱਚ ਬੈਠੇ ਆ, ਬੰਬਾਰੀ ਦੇ ਵਿੱਚ ਬੈਠੇ ਆ, ਮਿਜ਼ਾਈਲਾਂ ਉੱਪਰੋਂ ਟੱਪ ਰਹੀਆਂ, ਬੇਸਮੈਂਟ ਵਿੱਚ ਬੈਠੇ ਬੱਚੇ, ਕੋਈ ਖਾਣ ਨੂੰ ਵੀ ਮਿਲਦਾ, ਕਿਤੇ ਉਹ ਖਾਣ ਨੂੰ ਵੀ ਬਣਾਉਂਦੇ ਆ ਤਾਂ ਸਾਰਿਆਂ ਨੂੰ ਵੱਜਣੇ ਸ਼ੁਰੂ ਹੋ ਜਾਂਦੇ ਆ। ਅਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਬੱਚੇ ਸਾਡੇ ਜਿਸ ਵੀ ਹਾਲਾਤ 'ਚ ਬੈਠੇ ਆ, ਬਹੁਤ ਪ੍ਰੋਬਲਮ ਆ ਰਹੀ ਹੈ, ਪੇਰੈਂਟਸ ਵੀ ਪਰੇਸ਼ਾਨ ਹੈ, ਬੱਚੇ ਵੀ ਪਰੇਸ਼ਾਨ ਹੈ, ਚਲੋ ਕੋਈ ਵੀ ਕੁਛ ਕਰ ਵੀ ਰਿਹਾ ਤਾਂ ਉੱਥੇ ਬੱਚਿਆਂ ਨੂੰ ਕੋਈ ਨਹੀਂ, ਕੁਛ ਅੱਜ ਬੱਚਿਆਂ ਨੂੰ ਕੁਛ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਆ ਹੁੰਦਾ?
ਵੀ ਸਭ ਸਰਕਾਰਾਂ ਨੇ ਆਪਦੇ ਬੱਚੇ ਕੱਢੇ ਆ। ਇਹ ਹੁਣ ਪੋਲੈਂਡ ਦੇ ਨੇੜੇ ਬੱਚੇ ਕੱਢ ਰਹੇ ਆ, ਆਪਦੇ ਨੰਬਰ ਬਣਾ ਰਹੀ ਹੈ ਸਰਕਾਰ ਵੀ ਚਲੋ ਉੱਥੋਂ ਬੱਚੇ ਕੱਢ ਕੇ ਲਿਆਈਏ। ਸਵਾਦ ਤਾਂ ਹੈ ਜੇ ਉਹ ਬਾਰਡਰ ਏਰੀਏ 'ਚੋਂ ਬੱਚਿਆਂ ਨੂੰ ਖਿੱਚਣ। ਉੱਥੋਂ ਬਾਰਡਰ ਏਰੀਆ ਤੋਂ ਉੱਥੇ 1500 ਕਿਲੋਮੀਟਰ ਆ, ਅਤੇ ਉੱਥੇ ਬੱਚੇ ਜਾਂਦੇ ਵੀ ਆ ਅਤੇ ਦਿਨ ਰਾਤ ਲੱਗਦੇ ਆ। ਹੋ ਸਕਦਾ ਰਸਤੇ 'ਚ ਖੁਦਾ ਨਾ ਵਾਸਤਾ ਕੋਈ ਗੱਲਬਾਤ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੋਊਗਾ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਪਹਿਲਾਂ ਬੱਚਿਆਂ ਨੂੰ ਉੱਥੋਂ ਖਾਰਕੀ 'ਚੋਂ ਕੱਢਿਆ ਜਾਵੇ, ਕੀ 'ਚੋਂ ਕੱਢਿਆ ਜਾਵੇ, ਜੋ ਇਸ ਟਾਈਮ ਪੂਰੇ ਹਾਲਾਤ ਮਾੜੇ ਆ ਉੱਥੇ, ਉੱਥੋਂ ਕੱਢ ਕੇ ਬੱਚਿਆਂ ਨੂੰ ਸੇਵ ਕੀਤਾ ਜਾਵੇ ਤਾਂ ਜੋ ਮਾਪਿਆਂ ਦੀ ਸਾਰੀ ਟੈਨਸ਼ਨ ਦੂਰ ਹੋ ਜੇ। ਨਾ ਜਾਣੇ ਕੋਈ ਬੱਚਿਆਂ ਦੀ ਟੈਨਸ਼ਨ 'ਚ ਮਾਪਿਆਂ ਨੂੰ ਵੀ ਕੁਛ ਹੋ ਸਕਦਾ ਇੱਥੇ, ਜੋ ਇੰਨੀ ਪ੍ਰੋਬਲਮ 'ਚ ਬੈਠੇ ਆ। ਇੱਥੋਂ ਮੈਂ ਦੇਖ ਰਿਹਾ ਵੀ ਮਾਪਿਆਂ ਤੋਂ ਵੀ ਗੱਲ ਨਹੀਂ ਹੋ ਰਹੀ ਬੱਚਿਆਂ ਪਿੱਛੇ, ਉਹ ਵੀ ਗੱਲ ਕਰਨ ਲੱਗਿਆ ਮਨ ਭਰ ਜਾਂਦਾ ਉਹਨਾਂ ਦਾ ਵੀ, ਰੋਣਾ ਸ਼ੁਰੂ ਹੋ ਜਾਂਦਾ। ਮਾਵਾਂ ਦਾ ਜੋ ਵੀ ਹਾਲ ਹੈ ਉਹ ਤੁਸੀਂ ਦੇਖ ਰਹੇ ਹੋ, ਅੱਜ ਕੱਲ੍ਹ ਕਿੰਨੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਬੱਚਿਆਂ ਨੂੰ। ਮੈਂ ਇਹ ਸਰਕਾਰ ਤੋਂ ਮੰਗ ਕਰਦਾ ਵੀ ਜਲਦ ਤੋਂ ਜਲਦ ਜਿੰਨਾ ਵੀ ਹੋ ਸਕਦਾ, ਰਸ਼ੀਆ ਨਾਲ ਚੰਗੇ ਸੰਬੰਧ ਹੈ, ਉੱਧਰੋਂ ਬੱਚਿਆਂ ਨੂੰ ਉਹਨਾਂ ਨੂੰ ਕੱਢਿਆ ਜਾ ਸਕਦਾ। ਉੱਥੋਂ ਰਸਤਾ ਵੀ ਘੱਟ ਹੈ, ਪੋਲੈਂਡ ਹੰਗਰੀ ਤੋਂ ਤਾਂ ਬਹੁਤ ਜ਼ਿਆਦਾ ਪੈ ਜਾਂਦਾ ਰਸਤਾ। ਬਾਕੀ ਉਹ ਜਿਹੜੀ ਸਰਕਾਰਾਂ, ਉਹ ਯੂਕਰੇਨ ਵਾਲੇ ਵੀ ਤਾਂ ਉੱਧਰੋਂ ਬਾਹਰ ਨਿਕਲ ਰਹੇ, ਆਪਦੇ ਬਾਹਰ ਨਿਕਾਲ ਹੀ ਰਹੇ ਉਹਨਾਂ ਨੂੰ, ਅਤੇ ਸਾਡੇ ਬੱਚੇ ਹੀ ਕਿਉਂ ਲੇਟ ਹੋ ਰਹੇ ਆ? ਸਾਡੇ ਬੱਚਿਆਂ ਨੂੰ ਤਾਂ ਸਿਰਫ ਖਾਰਕੀਵ ਤੋਂ ਸਿੱਧਾ ਕੀਵ ਲੈ ਕੇ ਜਾਏ, ਇੰਡੀਆ ਲੈ ਕੇ ਆਇਆ ਜਾਵੇ, ਬਸ ਸਾਡੀ ਇਹੀ ਮੰਗ ਹੈ। ਕਿਉਂਕਿ ਕਹਿ ਰਹੇ ਆ ਕਿ ਆਪਣੇ ਉੱਥੇ ਪਹੁੰਚੋ ਤੁਸੀਂ, ਪੋਲੈਂਡ ਜਾਓ, ਉੱਥੇ ਜਾਣ ਲਈ ਕੋਈ ਉਹਨਾਂ ਲਈ ਹੀ ਲਫਸੀਲਾ ਨਹੀਂ ਹੈਗਾ, ਜਾਣ ਵਾਸਤੇ ਕੋਈ ਉਹਨਾਂ ਦਾ ਹੱਲ ਨਹੀਂ ਹੈਗਾ, ਕੋਈ ਟ੍ਰੇਨ ਨਹੀਂ, ਕੋਈ ਕੁਛ ਨਹੀਂ, ਬੱਚੇ ਜਾਣ ਕਿਵੇਂ? ਇਸ ਕਰਕੇ ਉਹਨਾਂ ਨੂੰ ਉੱਥੋਂ ਸ਼ਿਫਟ ਕੀਤਾ ਜਾਵੇ ਕੀਵ ਤੋਂ, ਕਿ ਪੋਲੈਂਡ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਾ ਕੇ ਕਿਵੇਂ ਨਾ ਕਿਵੇਂ ਉਹਨਾਂ ਦੀ ਹੈਲਪ ਕੀਤੀ ਜਾਵੇ ਔਰ ਉਹਨਾਂ ਨੂੰ ਇੱਥੇ ਸ਼ਿਫਟ ਕਰਾਇਆ ਜਾਵੇ। ਇਸ ਕਰਕੇ ਸੋ ਸਹੁਰਿਆਂ ਦੀ ਬੇਨਤੀ ਹੈ, ਰਿਕੁਐਸਟ ਆ ਕਿ ਬੱਚਿਆਂ ਨੂੰ ਉੱਥੋਂ ਜਲਦੀ ਤੋਂ ਜਲਦੀ ਸ਼ਿਫਟ ਕੀਤਾ ਜਾਵੇ। ਥੈਂਕ ਯੂ। 11-12 ਪਰਿਵਾਰ ਜਿਹੜੇ ਡੀ ਸੀ ਸਾਹਿਬ ਦੇ ਮਿਲਣ ਦੇ ਵੇਲੇ ਤੱਕ ਅਸੀਂ ਅੰਦਰ ਚਲੇ ਗਏ ਔਰ ਡੀ ਸੀ ਸਾਹਿਬ ਨੇ ਬੜਾ ਵਧੀਆ ਰਿਸਪੋਂਸ ਦਿੱਤਾ ਸੀਗਾ ਸਾਨੂੰ, ਉਹਨਾਂ ਨੇ ਪੂਰਾ ਭਰੋਸਾ ਵੀ ਦਵਾਇਆ ਸੀ ਵੀ ਤੁਹਾਡੀ ਗੱਲ ਮੈਂ ਮੈਨੇਜਮੈਂਟ ਤੱਕ ਲੈ ਕੇ ਜਾਊਂਗਾ, ਪੰਜਾਬ ਸਰਕਾਰ ਤੱਕ ਜਾਊਂਗਾ ਔਰ ਸੈਂਟਰ ਦੇ ਜਿਹੜਾ ਵੀ ਡਿਪਾਰਟਮੈਂਟ ਉੱਥੇ ਤੱਕ ਤੁਹਾਡੇ ਬੱਚਿਆਂ ਦਾ ਅਤੇ ਸੂਚਨਾ ਭੇਜਾਂਗੇ। ਔਰ ਉਹਨਾਂ ਨੇ ਬੈਠਿਆਂ ਮਤਲਬ ਕੋਸ਼ਿਸ਼ ਕੀਤੀ ਜਿੰਨੀ ਵੀ ਹੋ ਸਕਦੀ ਸੀ ਵੀ ਜਿਹੜੇ ਡੀ ਸੀ, ਅਸੀਂ ਉਹਨਾਂ ਨੂੰ ਦੱਸਿਆ ਕਿ ਡੀ ਸੀ ਅੰਮ੍ਰਿਤਸਰ ਦੇ ਅੰਡਰ ਜਿਹੜਾ ਐਜੂਪੀਡੀ ਹੈ ਜਿਹੜਾ ਮੇਨ ਮਤਲਬ ਬੱਚਿਆਂ ਨੂੰ ਲੈ ਕੇ ਜਾਣ ਵਾਲੀ ਏਜੰਸੀ ਆ ਵੀ ਉਹਨਾਂ ਦਾ ਦਫ਼ਤਰ, ਅਤੇ ਤੁਸੀਂ ਉਹਨਾਂ ਦੇ ਨਾਲ ਜੇ ਗੱਲ ਕਰੋ ਤਾਂ ਤੁਹਾਨੂੰ ਸਾਰੇ ਬੱਚਿਆਂ ਦੀ ਇਨਫੋਰਮੇਸ਼ਨ ਮਿਲ ਸਕਦੀ ਹੈ। ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਫਿਕਰ ਸਿਰਫ ਆਪਦੇ ਆਪਦੇ ਬੱਚੇ ਦਾ ਨਹੀਂ ਹੋਣਾ ਚਾਹੀਦਾ, ਸਾਨੂੰ ਸਾਰਿਆਂ ਦੇ ਬੱਚਿਆਂ ਦਾ ਫਿਕਰ ਹੋਣਾ ਚਾਹੀਦਾ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ, ਵੀ ਭਾਵੇਂ ਉਹ ਮੇਰੀ ਬੇਟੀ ਹੈ ਭਾਵੇਂ ਤੁਹਾਡੀ ਬੇਟੀ ਹੈ, ਉਹ ਸਾਰੇ ਪੰਜਾਬ ਦੀਆਂ ਬੇਟੀਆਂ ਹੀ ਸਾਡੀਆਂ ਬੇਟੀਆਂ ਹੀ। ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਐਜੂਪੀਡੀਆ ਦੇ ਦਫ਼ਤਰ ਦੇ ਕੋਲੋਂ ਜੇ ਤੁਸੀਂ ਸੰਪਰਕ ਕਰੋ ਤਾਂ ਪੰਜਾਬ ਸਰਕਾਰ ਇੱਕ ਮਿੰਟ ਦੇ ਵਿੱਚ ਉਹਨਾਂ ਤੋਂ ਸੂਚਨਾ ਲੈ ਸਕਦੀ ਹੈ ਵੀ ਉਹ ਦੱਸ ਸਕਦੇ ਆ ਵੀ ਕਿੰਨੇ ਬੱਚੇ ਪਹਿਲੇ ਸਾਲ ਵਾਲੇ ਆ, ਕਿੰਨੇ ਬੱਚੇ ਸੈਕਿੰਡ ਈਅਰ ਵਾਲੇ ਆ, ਕਿੰਨੇ ਥਰਡ ਵਾਲੇ ਅਤੇ ਕਿੰਨੇ ਪੂਰੇ ਸਾਲ ਜਿਹੜਾ ਕਰੀ ਬੈਠੇ ਉਹ ਬੱਚੇ। ਸੋ ਉਹਨਾਂ ਨੇ ਖੈਰ ਸਾਡੇ ਉਹਨਾਂ ਨੇ ਬਿਲਕੁਲ ਜਿਵੇਂ ਜਿਵੇਂ ਅਸੀਂ ਕਹੀ ਗਏ ਡੀ ਸੀ ਸਾਹਿਬ ਨੇ ਉਵੇਂ ਹੀ ਐਕਸ਼ਨ ਲਿਆ, ਅਤੇ ਉਹਨਾਂ ਨੇ ਉੱਥੇ ਡਾਕਟਰ ਤੇਜਪਾਲ ਸਿੰਘ ਜਿਹੜੇ ਕਰਨ ਸੰਧੂ ਦੇ ਪਿਤਾ ਜੀ ਨੇ ਉਹਨਾਂ ਨਾਲ ਵੀ ਤਾਲਮੇਲ ਬਣਾ ਲਿਆ ਔਰ ਨਾਲ ਬਣਾ ਕੇ ਉਹਨਾਂ ਤੋਂ ਵੀ ਕਿਹਾ ਵੀ ਮੈਨੂੰ ਆਹ ਸੂਚਨਾ ਦੇ ਦਿਓ, ਕਹਿੰਦੇ ਸਾਡੇ ਕੋਲ ਹੈਗੀ ਅਸੀਂ ਤੁਹਾਨੂੰ ਦੇ ਦਿੰਦੇ ਸੂਚਨਾ। ਕਹਿਣ ਤੋਂ ਭਾਵ ਕੀ ਆ ਵੀ ਅਸੀਂ ਥੋੜ੍ਹਾ ਜਿਹਾ ਤੁਰੇ ਤਾਂ ਉੱਥੋਂ ਸਾਡੀ ਗੱਲ ਪੰਜਾਬ ਸਰਕਾਰ ਤੱਕ, ਅਤੇ ਹੁਣ ਤਕਰੀਬਨ ਜਿਹੜੇ ਹੈਗੇ ਆ ਪੁਲਿਸ ਦੇ ਕਰਮਚਾਰੀ ਨੇ, ਸੁਵਿਧਾ ਸੈਂਟਰ ਇੱਥੋਂ ਦੇ ਸਿਟੀ ਦਾ ਸਦਰ ਦਾ, ਇਹ ਸਾਰੇ ਸੂਚਨਾਵਾਂ ਅੰਡਰਗਰਾਊਂਡ ਜਿਹੜੇ ਹੈਗੇ ਆ, ਮਤਲਬ ਤੁਹਾਡੇ ਮੈਟਰੋ ਦੇ ਸਟੇਸ਼ਨ ਹੈ ਉੱਥੇ ਬੈਠਾ, ਹੁਣ ਜਿਹੜੀ ਮੈਟਰੋ ਦੇ ਸਟੇਸ਼ਨ ਦੇ ਵਿੱਚ ਆ ਉਹ ਵੀ ਮੈਂ ਦੱਸਿਆ ਕਿ ਉੱਥੇ ਨਾ ਤਾਂ ਕੋਈ ਫਲੱਸ਼ ਦਾ ਪ੍ਰਬੰਧ ਹੈ, ਨਾ ਉੱਥੇ ਕੋਈ ਖਾਣ ਪੀਣ ਦਾ ਪ੍ਰਬੰਧ ਹੈ, ਨਾ ਬਣਾਉਣ ਦਾ ਪ੍ਰਬੰਧ ਹੈ, ਵੀ ਬੱਚੇ ਲਗਾਤਾਰ 4 ਦਿਨ ਤੋਂ ਬਿਨਾਂ ਨਾਤਿਆਂ ਧੋਤਿਆਂ ਉੱਥੇ ਮੈਟਰੋ ਸਟੇਸ਼ਨਾਂ ਦੇ ਅੰਦਰ ਬੈਠੇ, ਅਤੇ ਉਹ ਸਿਰਫ ਬ੍ਰੈਡ ਜਾਂ ਬਿਸਕੁਟ ਵਗੈਰਾ ਖਾ ਕੇ ਹੀ ਆਪਦਾ ਗੁਜ਼ਾਰਾ ਕਰ ਰਹੇ। ਸਕਾਈ ਨਿਊਜ਼ ਪੰਜਾਬ ਦੇ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਵਿਸ਼ੇਸ਼ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।